ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਜੀਵਨ ਦੀ ਮੁੱਖ ਟੇਕ ਹੈ ਉਥੇ ਜਾਤਪਾਤ ਹੈ ਤੇ ਜਿੱਥੇ ਵੀ ਜਾਤਪਾਤ ਹੈ ਉਥੇ ਆਪਣੇ ਉੱਚੇ ਹੋਣ ਦਾ ਆਨੰਦ ਨਹੀਂ ਮਾਣਿਆ ਜਾਂਦਾ ਉਥੇ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨ ਦੀ ਤਸੱਲੀ ਹੀ ਲਈ ਜਾਂਦੀ ਹੈ ਭਾਰਤ ਵਿੱਚ ਪੰਜਾਬ ਵਿੱਚ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨਾ ਸਭ ਤੋਂ ਵੱਡਾ ਮਨੋਰੰਜਨ ਹੈ ਪੰਜਾਬ ਵਿੱਚ ਜ਼ਗੀਰਦਾਰ ਵਿਸਵੇਦਾਰ ਨੂੰ ਆਪਣੇ ਤੋਂ ਨੀਵਾ ਸਮਝਦਾ ਹੈ ਵਿਸਵੇਦਾਰ ਜ਼ੈਲਦਾਰ ਨੂੰ ਆਪਣੇ ਤੋਂ ਨੀਵਾ ਕਹਿੰਦਾ ਹੈ ਜ਼ੈਲਦਾਰ ਨੰਬਰਦਾਰ ਨੂੰ ਆਪਣੇ ਤੋਂ ਨੀਵਾ ਦੱਸਦਾ ਹੈ ਨੰਬਰਦਾਰ ਆਮ ਜੱਟਾਂ ਨੂੰ ਆਪਣੇ ਤੋਂ ਨੀਵਾ ਐਲਾਨਦਾ ਹੈ ਆਮ ਜੱਟ ਮੁਜ਼ਾਰਿਆਂ ਨੂੰ ਨੀਵਾ ਸਮਝਦੇ ਅਤੇ ਮੁਜ਼ਾਰੇ ਨਾਈਆਂ ਛੀਪਿਆਂ ਤਰਖਾਣਾ ਥੋਬੀਆਂ ਕੁਮਾਰਾਂ ਮਹਿਰਿਆਂ ਤੇਲੀਆਂ ਲੋਹਾਰਾਂ ਜੁਲਾਈਆਂ ਨੂੰ ਨੀਵਾ ਦੱਸਦੇ ਹਨ ਐਵੇਂ ਹੀ ਭਾਰਤ ਵਿੱਚ ਸੰਨਿਆਸੀ ਗ੍ਰਸਤੀਆਂ ਨੂੰ ਸ਼ੇਰੀ ਪਿੰਡੂਆਂ ਨੂੰ ਪਰਿਵਾਰ ਵਾਲੇ ਛੜਿਆਂ ਨੂੰ ਸੰਤ ਸਾਧਾ ਨੂੰ ਨੀਵਾਂ ਦੱਸਦੇ ਹਨ ਇਸ ਢੰਗ ਨਾਲ ਹੋਰਾਂ ਨੂੰ ਤਾਂ ਨੀਵੇਂ ਸਿੱਧ ਕਰ ਦਿੱਤਾ ਜਾਂਦਾ ਹੈ ਪਰ ਇਸ ਨਾਲ ਕੋਈ ਵੀ ਆਪ ਉੱਚਾ ਸਿੱਧ ਨਹੀਂ ਹੁੰਦਾ ਧੰਨ